ਅਗਲੀ ਖਬਰ ਸਾਂਝੀ ਕਰਨ ਲੱਗਿਆ ਬ੍ਰਿਟਿਸ਼ ਕੋਲੰਬੀਆ ਨਾਲ ਸੰਬੰਧਿਤ ਕੈਨੇਡਾ ਵਿੱਚ ਵਕਫਾਖਾ ਥਾਵਾਂ ਤੇ ਜਿਸ ਤਰ੍ਹਾਂ ਨਾਲ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸ ਨੇ ਵਕਫਾਖਾ ਪਾਈ ਜਾ ਰਿਆਂ ਦੇ ਵਿੱਚ ਚਿੰਤਾ ਕਾਫੀ ਜ਼ਿਆਦਾ ਵਧਾ ਦਿੱਤੀ ਹੈ ਖਾਸ ਤੌਰ ਤੇ BC ਦੇ ਵਿੱਚ ਇੱਕ ਮੰਦਰ ਦੇ ਵਿੱਚ ਕੁਝ ਪੋਸਟਰਸ ਲਗਾਏ ਗਏ ਨੇ ਜਿਸ ਨੇ ਇੱਕ ਵਾਰ ਫਿਰ ਤੋਂ ਕੈਨੇਡਾ ਵਿੱਚ ਵਕਫਵਾਦੀ ਵਿਚਾਰਧਾਰਾ ਨੂੰ ਹਵਾ ਦੇ ਦਿੱਤੀ ਹੈ ਉੱਥੇ ਹੀ ਇਹਨਾਂ ਘਟਨਾਵਾਂ ਨੂੰ ਲੈ ਕੇ ਹੁਣ BJP ਦੇ ਰਾਸ਼ਟਰੀ ਬੁਲਾਰੇ ਆਰ ਪੀ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਮੰਦਰ ਦੇ ਵਿੱਚ ਪੰਤ ਤੋੜ ਕਰਨ ਵਾਲਾ ਸਿੱਖ ਨਹੀਂ ਹੋ ਸਕਦਾ ਇਸ ਤੋਂ ਲਾਵਾਂ ਨੇ ਕੀ ਕਿਹਾ ਹੈ ਤੁਸੀਂ ਖੁਦ ਸੁਣਾਓ ਦਾਸਦਿਆ ਕਿ ਬੀਤੇ ਦਿਨੀ ਸਰੀ ਦੇ ਇੱਕ ਮੰਦਿਰ ਦੇ ਗੇਟ ਤੇ ਵੱਖਵਾਦੀ ਵਿਚਾਰਧਾਰਾ ਸੰਬੰਧੀ ਕੁਝ ਪੋਸਟਰਸ ਚਿਪਕਾਏ ਗਏ ਸੀ ਜਿਹੜੀ ਕਿ ਸੀਸੀਟੀਵੀ ਕੈਮਰੇ ਵਿੱਚ ਇਹ ਸਾਰੀ ਘਟਨਾ ਕੈਦ ਹੋ ਚੁੱਕੀ ਹੈ ਇਸ ਸੰਬੰਧੀ ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ ਪੀ ਸਿੰਘ ਨੇ ਆਪਣੇ ਟਵਿੱਟਰ ਤੇ ਇਸ ਸੰਬੰਧੀ ਪੋਸਟ ਪਾਉਂਦਿਆਂ ਲਿਖਿਆ ਕਿ ਡਰਪੋਕਾਂ ਦੀ ਤਰ੍ਹਾਂ ਰਾਤ ਦੇ ਹਨੇਰੇ ਵਿੱਚ ਮੂੰਹ ਤੇ ਕੱਪੜਾ ਬੰਨ੍ਹ ਕੇ ਕੈਨੇਡਾ ਵਿੱਚ ਕਿਸੇ ਇੱਕ ਮੰਦਿਰ ਦੇ ਗੇਟ ਤੇ ਖਾਲਿਸਤਾਨ ਦੇ ਪੋਸਟਰ ਲਗਾਉਣ ਵਾਲੇ ਸਿੱਖ ਨਹੀਂ ਹੋ ਸਕਦੇ ਜ਼ਰੂਰ ਆਈਐਸਆਈ ਦੇ ਬਹਿਰੂਪੀਏ ਏਜੰਟ ਹੋਣਗੇ ਜਿਨ੍ਹਾਂ ਨੂੰ ਇਹ ਜਾਣਕਾਰੀ ਨਹੀਂ ਕਿ ਸ੍ਰੀ ਹਰਮੰਦਰ ਸਾਹਿਬ ਦੇ ਚਾਰ ਦੁਆਰ ਨੇ ਅਤੇ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕ ਆ ਸਕਦੇ ਨੇ ਆਈਐਸਆਈ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਅਜੀਹਾ ਕਰਵਾ ਰਹੀ ਹੈ ਅਤੇ ਇਸ ਗਲਤਫਹਿਮੀ ਦੇ ਵਿੱਚ ਹੈ ਕਿ ਅਜੀਹਾ ਕਰਕੇ ਹਿੰਦੂਆਂ ਅਤੇ ਸਿੱਖਾਂ ਦੇ ਵਿੱਚ ਜ਼ਹਿਰ ਕੋਲ ਪਾਈਗੀ ਦੱਸਦੀ ਹੈ ਕਿ ਪੋਸਟਰ ਲਾਉਣ ਦੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਜਿਸ ਵਿੱਚ ਦੋ ਸ਼ਖਸ ਜਿਨ੍ਹਾਂ ਨੇ ਆਪਣੇ ਚਿਹਰੇ ਟਕੇ ਹੋਏ ਨੇ ਉਹ ਮੰਦਰ ਵਿੱਚ ਦਾਖਲ ਹੁੰਦੇ ਨੇ ਅਤੇ ਉਸ ਦੇ ਮੁੱਖ ਗੇਟ ਤੇ ਪੋਸਟਰ ਚਿਪਕਾਉਣ ਲੱਗਦੇ ਨੇ ਇਸ ਦੌਰਾਨ ਉਹ ਆਲੇ-ਦੁਆਲੇ ਵੀ ਨਜ਼ਰ ਰੱਖਦੇ ਨੇ ਤੇ ਪੋਸਟਰ ਲਗਾਉਣ ਤੋਂ ਬਾਅਦ ਉਥੋਂ ਫਰਾਰ ਹੋ ਜਾਂਦੇ ਨੇ ਇਸ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਬੀਤੇ ਦਿਨੀ 18 ਜੂਨ ਨੂੰ ਕੈਨੇਡਾ ਵਿੱਚ ਹਰਦੀਪ ਸਿੰਘ ਨਿਜਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਨਿਜਰ ਨੂੰ ਪਾਰ ਸਰਕਾਰ ਨੇ ਡੈਜ਼ਿਗਨੇਟਿਡ ਅਤਵਾਦੀ ਐਲਾਨਿਆ ਸੀ हाल ही ਵਿੱਚ ਪਾਰਸ ਸਰਕਾਰ ਨੇ 41 ਵਕਫਾਦਿਆਂ ਦੀ ਸੂਚੀ ਜਾਰੀ ਕੀਤੀ ਸੀ ਜਿਸ ਵਿੱਚ ਹਰਦੀਪ ਸਿੰਘ ਨਿੱਜਰ ਦਾ ਨਾਮ ਵੀ ਸ਼ਾਮਿਲ ਸੀ ਹਰਦੀਪ ਸਿੰਘ ਨਿੱਜਰ ਦੀ ਮੌਤ ਤੋਂ ਬਾਅਦ ਵਕਫਾਦੀ ਵਿਚਾਰਧਾਰਾ ਵਾਲੇ ਲੋਕਾਂ ਦੇ ਵਿੱਚ ਇਸ ਵਕਤ ਕਾਫੀ ਜ਼ਿਆਦਾ ਗੁੱਸਾ ਪਾਇਆ ਜਾ ਰਿਹਾ ਹੈ ਅਤੇ ਕੈਨੇਡਾ ਸਰਕਾਰ ਤੋਂ ਵੀ ਇਸ ਸਬੰਧੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਹਮਦਰਦ ਨਿਊਜ਼